ਅੱਜ ਹੁਸ਼ਿਆਰਪੁਰ ਦੇ ਮੁਹੱਲਾ ਨਿਊ ਦੀਪ ਨਗਰ 'ਚ ਉਸ ਵਕਤ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਅਵਾਰਾ ਕੁੱਤੇ ਦੇ ਮੂੰਹ 'ਚ ਮੁਹੱਲਾ ਵਾਸੀਆਂ ਵੱਲੋਂ ਇੱਕ ਭਰੂਣ ਨੂੰ ਵੇਖਿਆ ਗਿਆ ਅਤੇ ਤੁਰੰਤ ਇਸ ਦੀ ਸੂਚਨਾ ਸਰਬੱਤ ਦਾ ਭਲਾ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਡਾਕਟਰ PS ਮਾਨ ਨੂੰ ਦਿੱਤੀ, ਜਿਨ੍ਹਾਂ ਵੱਲੋਂ ਇਸ ਦੀ ਸੂਚਨਾ ਪੁਰਹਿਰਾ ਪੁਲਿਸ ਚੌਕੀ ਦੇ ਅਧਿਕਾਰੀਆਂ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ। ਮੌਕਾ ਵਿਖੜ ਤੋਂ ਬਾਅਦ ਪੁਰਹਿਰਾ ਪੁਲਿਸ ਚੌਕੀ ਦੇ ਮੁਲਾਜ਼ਮਾਂ ਵੱਲੋਂ ਇਸ ਦੀ ਸੂਚਨਾ ਆਲਾ ਅਧਿਕਾਰੀਆਂ ਨੂੰ ਦਿੱਤੀ ਗਈ, ਜਿਸ 'ਤੇ ਥਾਣਾ ਮਾਡਲ ਟਾਊਨ ਦੇ SHO ਕਰਨੈਲ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਭਰੂਣ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਚੇਅਰਮੈਨ ਡਾਕਟਰ PS ਮਾਨ ਨੇ ਕਿਹਾ ਕਿ ਉਹਨਾਂ ਨੂੰ ਮੁਹੱਲੇ 'ਚੋਂ ਫੋਨ ਆਇਆ ਸੀ ਕਿ ਕੁਝ ਅਵਾਰਾ ਕੁੱਤੇ ਆਪਣੇ ਮੂੰਹ 'ਚ ਇੱਕ ਛੋਟੇ ਬੱਚੇ ਨੂੰ ਲੈ ਕੇ ਫਿਰ ਰਹੇ ਨੇ, ਜਿਸ ਤੋਂ ਤੁਰੰਤ ਬਾਅਦ ਉਹਨਾਂ ਵੱਲੋਂ ਇਸ ਦੀ ਸੂਚਨਾ ਪੁਲਿਸ ਵਿਭਾਗ ਨੂੰ ਦਿੱਤੀ ਗਈ। ਉਹਨਾਂ ਕਿਹਾ ਕਿ ਇਸ ਘਟਨਾ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਓਨੀ ਘੱਟ ਹੈ, ਕਿਉਂਕਿ ਜਿਸ ਵੱਲੋਂ ਇਕਾਰਾ ਕੀਤਾ ਗਿਆ ਉਹ ਮਨੁੱਖਤਾ ਨੂੰ ਸ਼ਰਮਸਾਰ ਕਰਕੇ ਰੱਖ ਦੇਣ ਵਾਲਾ ਹੈ। ਉਹਨਾਂ ਕਿਹਾ ਕਿ ਪੁਲਿਸ ਇਸ ਦੀ ਡੂੰਘਾਈ ਨਾਲ ਜਾਂਚ ਕਰੇ ਅਤੇ ਦੋਸ਼ੀ ਨੂੰ ਸਖ਼ਤ ਸਜ਼ਾ ਦੇਵੇ। ਦੂਜੇ ਪਾਸੇ ਮੌਕੇ 'ਤੇ ਪਹੁੰਚੇ ਥਾਣਾ ਮਾਡਲ ਟਾਊਨ ਦੇ SHO ਕਰਨੈਲ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਭਰੂਣ ਨੂੰ ਕਬਜ਼ੇ 'ਚ ਲੈ ਲਿਆ ਗਿਆ ਅਤੇ ਮੁੱਢਲੀ ਜਾਂਚ 'ਚ ਅਜਿਹਾ ਜਾਪ ਰਿਹਾ ਕਿ ਇਹ ਕਿਸੇ ਖੱਡੇ 'ਚੋਂ ਇਸ ਨੂੰ ਪੁੱਟ ਕੇ ਕੁੱਤਿਆਂ ਵੱਲੋਂ ਲਿਆਂਦਾ ਗਿਆ ਹੋਵੇ। ਉਹਨਾਂ ਕਿਹਾ ਕਿ ਪੁਲਿਸ ਮੁਹੱਲੇ 'ਚ ਵੀ ਕੋਸ਼ਿਸ਼ ਕਰ ਰਹੀ ਹੈ ਅਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਹੁਸ਼ਿਆਰਪੁਰ ਦੇ ਉਸਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ। ਜੀ ਡਾਕਟਰ ਸਾਹਿਬ, ਕੀ ਮੈਟਰ ਆਇਆ ਸੀ ਸਾਹਮਣੇ ਨਿਊ ਦੀਪ ਨਗਰ ਮੁਹੱਲੇ 'ਚੋਂ? ਹਾਂਜੀ, ਮੈਨੂੰ ਵਾਰਡ ਦੇ ਵਿੱਚ ਇੱਕ ਨਿਊ ਦੀਪ ਨਗਰ ਮੁਹੱਲੇ ਵਿੱਚ ਇੱਕ ਫੋਨ ਆਇਆ। ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਇੱਕ ਛੋਟਾ ਬੱਚਾ ਆ, ਉਹਨੂੰ ਕੁੱਤਾ ਖਿੱਚ ਕੇ ਲੈ ਕੇ ਜਾ ਰਿਹਾ, ਭਰੂਣ ਆ ਕੋਈ ਛੋਟਾ। ਅਤੇ ਉਹਦੇ ਜਦੋਂ ਮੈਂ ਉਹਨਾਂ ਦੇ ਫੋਨ 'ਤੇ ਗੱਲ ਕੀਤੀ ਤਾਂ ਪੁੱਛੀ ਸਾਰੀ ਗੱਲਬਾਤ ਉਹਨਾਂ ਨੂੰ। ਗੱਲਬਾਤ ਸੁਣਨ ਤੋਂ ਬਾਅਦ ਉਸੇ ਵੇਲੇ ਮੈਂ ਚੌਂਕੀ ਇੰਚਾਰਜ ਸਰਦਾਰ ਸੁਖਦੇਵ ਸਿੰਘ ਉਹਨਾਂ ਨੂੰ ਸੂਚਿਤ ਕੀਤਾ ਅਤੇ ਮਾਡਲ ਟਾਊਨ ਥਾਣੇ ਉਹਨਾਂ ਨੇ ਆਪ ਸੂਚਿਤ ਕੀਤਾ। ਅਤੇ ਇਹ ਜਿਹੜੀ ਬੱਚੇ ਦੀ ਜਿਹੜੀ ਆ, ਅਸੀਂ ਚੌਂਕੀ ਆਪਣੇ ਇਤਰਾਹ ਦਿੱਤੀ ਆ, ਇਹ ਵਾਰਡ ਦੇ ਵਿੱਚ ਜੋ ਫੋਨ ਗਿਆ ਸੀ ਉਸ ਦੇ ਆਧਾਰ 'ਤੇ ਦਿੱਤੀ ਆ। ਪਰ ਜੋ ਉਹ ਘਟਨਾ ਆ, ਬਹੁਤ ਹੀ ਨਿੰਦਣਯੋਗ ਘਟਨਾ ਆ। ਇਹ ਹੁਣ ਪਤਾ ਨਹੀਂ ਇਹ ਬੱਚਾ ਕਿਸ ਤਰ੍ਹਾਂ ਇੱਥੇ ਆਇਆ, ਜੋ ਕੁਛ ਵੀ ਹੋਇਆ। ਦੱਸ ਰਿਹਾ ਸੀ ਕੁੱਤੇ ਨੇ ਮੂੰਹ ਦੇ ਵਿੱਚ ਪਾਇਆ ਹੋਇਆ ਸੀਗਾ, ਘੁੰਮ ਰਿਹਾ ਸੀ ਇੱਧਰ ਉੱਧਰ ਚੱਕ ਕੇ। ਹਾਂਜੀ ਹਾਂਜੀ, ਮੈਂ ਉਹੀ ਦੱਸ ਰਿਹਾ, ਜੋ ਵੀ ਹੋਇਆ ਇਹ ਬਹੁਤ ਨਿੰਦਣਯੋਗ ਹੈ। ਇਹਦੀ ਗਹਿਰਾਈ ਵਿੱਚ ਜਾਂਚ ਹੋਣੀ ਚਾਹੀਦੀ ਹੈ। ਜੋ ਵੀ ਇਹਦਾ ਦੋਸ਼ੀ ਆ, ਚਾਹੇ ਉਹਦੇ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ। ਅਤੇ ਜਿਹੜਾ ਇਹ ਮੈਨੂੰ ਇਹ ਫੋਨ 'ਤੇ ਦੱਸਿਆ ਵੀ ਕੁੱਤਾ ਬੱਚੇ ਨੂੰ ਇੱਧਰ ਉੱਧਰ ਲੈ ਕੇ ਜਾ ਰਿਹਾ, ਅਤੇ ਉਹਦੇ ਆਧਾਰ 'ਤੇ ਮੈਂ ਪੁਲਿਸ ਦੇ ਉਤਰਾਹ ਦਿੱਤਾ। ਜੀ ਕਰਨੈਲ ਭਾਅ ਜੀ, ਮੁਹੱਲਾ ਨਿਊ ਦੀਪ ਨਗਰ ਦੇ ਵਿੱਚ ਆਏ ਹੋ, ਇੱਕ ਭਰੂਣ ਦਾ ਮਾਮਲਾ ਸਾਹਮਣੇ ਆਇਆ, ਕੀ ਪੂਰਾ ਮਾਮਲਾ ਅਤੇ ਕੀ ਹੁਣ ਫਰਦਰ ਇੱਕ ਜਿਹੜਾ ਬੱਚਾ ਮਿਲਿਆ ਹੈਗਾ ਜਿਹੜਾ ਪੂਰੀ ਤਰ੍ਹਾਂ ਡਿਵੈਲਪ ਨਹੀਂ ਹੋਇਆ ਲੱਗਦਾ, ਅਤੇ ਉਹ ਵੈਸੇ ਤਾਂ ਦੇਖਣ ਤੋਂ ਇਹ ਲੱਗਦਾ ਕਿ ਮਿੱਟੀ 'ਚ ਕਿਸੇ ਨੇ ਦਫਰਾਇਆ ਸੀਗਾ, ਅਤੇ ਉਹ ਕਿਸੇ ਜਾਨਵਰਾਂ ਨੇ ਉਹਨੂੰ ਕੁੱਤਿਆਂ ਨੇ ਮੈਨੂੰ ਲੱਗਦਾ ਕੱਢ ਕੇ ਅਤੇ ਬਾਹਰ ਖਿੱਚ ਕੇ ਲਿਆਂਦਾ ਸੀ। ਅਤੇ ਉਹ ਮਿਲਿਆ ਹੈਗਾ, ਲੋਕਾਂ ਨੇ ਦੱਸਿਆ, ਚੈੱਕ ਕਰ ਰਹੇ ਹਾਂ ਕਿ ਜੇ ਤਾਂ ਕਿਸੇ ਦਾ ਕੋਈ ਉਹ ਹੈਗਾ ਕਿ ਮੈਡੀਕਲੀ ਉਹ ਪ੍ਰੋਬਲਮ ਕਰਕੇ ਕਿਸੇ ਨੇ ਡੈਥ ਹੋਣ ਤੋਂ ਬਾਅਦ ਦਫਨਾਇਆ, ਅਤੇ ਫਿਰ ਉਸ ਹਿਸਾਬ ਨਾਲ ਕਾਰਵਾਈ ਹੋਜੂ। ਜੇ ਕੋਈ ਉੱਦਾਂ ਦਾ ਲੱਗਦਾ ਫਿਰ ਉਹਦੇ ਫਿਰ ਆਪਾਂ ਕੋਈ ਬਿਆਨ ਵਗੈਰਾ ਲਿਖ ਕੇ ਅਤੇ ਜਿਹੜਾ ਵੀ ਕੋਈ ਬੰਦਾ ਉਹਨੂੰ ਟ੍ਰੇਸ ਕਰਾਂਗੇ, ਜਿਹਦਾ ਹੈਗਾ ਉਹਦੇ ਖਿਲਾਫ਼ ਫਿਰ ਬਣਦੀ ਕਾਰਵਾਈ। ਅਤੇ ਹੁਣ ਮੁਹੱਲੇ ਵਿੱਚ ਵੀ ਪੁੱਛਗਿੱਛ ਕੀਤੀ ਹੈ ਜੀ? ਸਾਡੀ ਟੀਮ ਗਈਆਂ ਜੀ, ਟੀਮਾਂ ਵੱਖਰੀਆਂ ਵੱਖਰੀਆਂ ਗਈਆਂ, ਪਰ ਪੁੱਛਗਿੱਛ ਕਰ ਰਹੇ ਵੀ ਜੇ ਕਿਸੇ ਦਾ ਕੋਈ ਹੈਗਾ ਜਾਂ ਮੈਡੀਕਲੀ ਤੌਰ 'ਤੇ ਹੈਗਾ ਤਾਂ ਉਹ ਚੈੱਕ ਕਰ ਰਹੇ ਹਾਂ, ਚੈੱਕ ਕਰਕੇ ਜੋ ਵੀ ਬਣਦੀ ਕਾਰਵਾਈ। ਫਿਲਹਾਲ ਤਾਂ ਭਰੂਣ ਅਜੇ ਇੱਥੇ ਹਾਂ ਕਬਜ਼ੇ 'ਚ ਲਿਆ, ਅਤੇ ਜੋ ਵੀ ਉਹਦੇ ਮੁਤਾਬਕ ਹੋਊਗਾ ਅਗਲੀ ਕਾਰਵਾਈ ਕੀਤੀ ਜਾਵੇ।